ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਪੰਜਾਬੀ ਦਾ ਟੌਪਿਕ ਪੰਜਾਬੀ ਦੀ ਗ੍ਰਾਮਰ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨੱਕ ਤੱਕ ਪਹੁੰਚ ਸਕੇ ਤੇ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਕਰੋ ਤੇ ਇਸੇ ਨਾਲ ਹੀ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਕੁਸ਼ਣ ਨੰਬਰ 86 ਹੈ ਪੰਜਾਬੀ ਗ੍ਰਾਮਰ ਤੋਂ ਫਰਸਟ ਕੁਸ਼ਣ ਰੀਡ ਕਰਦੇ ਹਾਂ ਕਿਰਿਆ ਦੇ ਕਿਸ ਰੂਪ ਤੋਂ ਪਤਾ ਚੱਲੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਵੇਗਾ ਉਹ ਸ਼ਰਤੀ ਭਵਿਕ ਕਾਲ ਹੋਏਗਾ ਪੂਰਣ ਭਵਿਕ ਕਾਲ ਹੋਏਗਾ ਜਾਂ ਚਾਲੂ ਭਵਿਕ ਕਾਲ ਹੋਏਗਾ ਜਾਂ ਅਨਿਸ਼ਚਿਤ ਭਵਿਕ ਕਾਲ ਹੋਏਗਾ ਠੀਕ ਹੈ ਜੀ ਜਿਹਦੇ ਵਿੱਚ ਸ਼ਰਤ ਦੀ ਗੱਲ ਹੈ ਤਾਂ ਇਹਦਾ ਮੀਨਸ ਹੈ ਉਹ ਕੀ ਆ ਜਾਏਗਾ ਸ਼ਰਤੀ ਭਵਿਕ ਕਾਲ ਦੇ ਇਸ ਦਾ ਆਪਸ਼ਨ ਹੈ ਆਪਸ਼ਨ A ਤੁਹਾਡੇ ਸਾਹਮਣੇ ਟਿੱਕ ਕਿਤੇ ਦਾ ਹੈ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਉਸ ਨੇ ਰੋਟੀ ਖਾਧੀ ਕਿਹੜਾ ਕਾਲ ਹੈ ਠੀਕ ਹੈ ਜੀ ਪਹਿਲਾ ਸਧਾਰਨ ਹੈ ਜਾਂ ਅਨਿਸ਼ਚਿਤ ਭੂਤਕਾਲ ਚਾਲੂ ਭੂਤਕਾਲ ਪੂਰਣ ਭੂਤਕਾਲ ਜਾਂ ਪੂਰਣ ਚਾਲੂ ਭੂਤਕਾਲ ਤੋ ਇਹ ਵਾਕ ਹੈ ਜੀ ਸਧਾਰਨ ਹੈ ਜੈਨੂੰ ਅਸੀਂ ਅਨਿਸ਼ਚਿਤ ਬੂਤਕਾਲ ਕਹਿੰਦੇ ਨੇ ਅਨਿਸ਼ਚਿਤ ਠੀਕ ਹੈ ਉਸਨੇ ਰੋਟੀ ਖਾਧੀ ਨੈਕਸਟ ਕੁਐਸਚਨ ਹੈ ਸ਼ੁੱਧ ਮੁਹਾਵਰਾ ਚੁਣੋ ਹੱਥ ਵੇਖਨੇ ਹੱਥ ਅੱਢਨੇ ਹੱਥ ਲਾਉਣਾ ਹੱਥ ਸੁੰਘਣਾ ਤੋ ਇਸ ਦਾ ਰਾਈਟ ਆਪਸ਼ਨ ਹੈ ਜੀ ਬੀ ਹੱਥ ਅੱਢਨੇ ਜਿਹੜਾ ਸ਼ੁੱਧ ਮੁਹਾਵਰਾ ਹੈ ਅੱਤ ਅੱਢਨੇ ਨੈਕਸਟ ਕੁਐਸਚਨ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਦਸੋ ਅਸੀਂ ਕਿਸ ਨੂੰ ਮੈਂ ਇਹ ਇਹਨਾਂ ਵਿੱਚੋਂ ਨਿਸ਼ਚੇਵਾਚਕ ਵਿਸ਼ੇਸ਼ਣ ਦੱਸਣਾ ਹੈ ਜਿਹਦੇ ਵਿੱਚ ਨਿਸ਼ਚੇ ਹੋਏ ਤੋਂ ਅਸੀਂ ਕਿਸ ਨੂੰ ਮੈਂ ਤੇ ਇਹ ਇਹ ਕੀ ਆ ਜਾਏਗਾ ਸਾਡੇ ਕੋਲ ਨਿਸ਼ਚੇਵਾਚਕ ਵਿਸ਼ੇਸ਼ਣ ਠੀਕ ਹੈ ਜਿਹਦੇ ਵਿੱਚ ਵਿਸ਼ੇਸ਼ਤਾ ਦੱਸੀ ਜਾਂਦੀ ਹੈ 98 ਜਿਸ ਵਾਕ ਵਿੱਚ ਪ੍ਰধান ਉਪਵਾਗ ਅਧੀਨ ਉਪਵਾਗ ਅਤੇ ਸਮਾਨ ਉਪਵਾਗ ਹੋਣ ਉਹ ਕੀ ਹੁੰਦੇ ਆ ਸਧਾਰਨ ਵਾਕ ਹੁੰਦਾ ਹੈ ਸੰਯੁਕਤ ਵਾਕ ਹੁੰਦਾ ਹੈ ਜਾਂ ਮਿਸ਼ਰਤ ਵਾਕ ਹੁੰਦਾ ਹੈ ਜਾਂ ਗੁੰਜਲਦਾਰ ਵਾਕ ਹੁੰਦਾ ਹੈ ਦੇਖੋ ਜਿਸ ਵਾਕ ਵਿੱਚ ਪ੍ਰধান ਉਪਵਾਗ ਅਧੀਨ ਉਪਵਾਗ ਅਤੇ ਸਮਾਨ ਉਪਵਾਗ ਹੋਣ ਤੋਂ ਉਹਨੂੰ ਅਸੀਂ ਕਹਿੰਦੇ ਆ ਜੀ ਮਿਸ਼ਰਤ ਵਾਕ ਉਗੀ ਹੁੰਦਾ ਹੈ ਮਿਸ਼ਰਿਤ ਵਾਕ ਕੁਐਸਚਨ ਨੰਬਰ ਨੈਕਸਟ ਦੇਖਦੇ ਆ 91 ਨੈਕਸਟ ਕੁਐਸਚਨ ਹੈ ਜੀ ਐੜਾ ਐੜਾ ਨਾਲ ਕੀ ਕਹਿੰਦਾ ਕਹਿੰਦਾ ਔਂਕੜ ਲੱਗਦੀ ਹੈ ਜਾਂ ਕੰਨਾ ਲੱਗਦਾ ਹੈ ਜਾਂ ਸਿਹਾਰੀ ਲੱਗਦੀ ਹੈ ਜਾਂ ਵਿਹਾਰੀ ਲੱਗਦੀ ਹੈ ਤੇ ਇਸ ਦਾ ਰਾਈਟ ਆਪਸ਼ਨ ਹੈ ਜੀ ਐੜੇ ਦੇ ਨਾਲ ਕੰਨਾ ਲੱਗਦਾ ਹੈ ਨੈਕਸਟ ਕੁਐਸਚਨ ਹੈ ਤੁਸੀਂ ਆਪ ਘਰ ਜਾਓ ਵਿੱਚ ਆਪ ਨਾਵ ਦੀ ਕਿਹੜੀ ਉਦਾਹਰਣ ਹੈ ਸੰਬੰਧਵਾਚਕ ਹੈ ਨਿਜਵਾਚਕ ਹੈ ਨਿਸ਼ਚੇਵਾਚਕ ਹੈ ਜਾਂ ਪੁਰਖਵਾਚਕ ਹੈ ਤਾਂ ਇਸ ਦਾ ਆਨਸਰ ਹੈ ਜੀ অপਸ਼ਨ ਬੀ ਨਿਜਵਾਚਕ ਨੈਕਸਟ ਕੁਐਸਚਨ ਹੈ ਜਿਹੜੇ ਸ਼ਬਦ ਜੀਵਾਂ ਜਾਂ ਵਸਤਾਂ ਦੇ ਸਮੂਹ ਇਕੱਠ ਲਈ ਵਰਤੇ ਜਾਂਦੇ ਹਨ ਉਜਾਤੀਵਾਚਕ ਨਾਮ ਹੁੰਦੇ ਹਨ ਜਾਂ ਭਾਵਵਾਚਕ ਨਾਮ ਹੁੰਦੇ ਹਨ ਜਾਂ ਇਕੱਠਵਾਚਕ ਨਾਮ ਹੁੰਦੇ ਹਨ ਜਾਂ ਨਿਜਵਾਚਕ ਨਾਮ ਹੁੰਦੇ ਹਨ ਤੇ ਇਹ ਕੀ ਹੈ ਜੀ ਇਹ ਕੀ ਹੁੰਦੇ ਆ ਇਕੱਠਵਾਚਕ ਜਿਹਦੇ ਵਿੱਚ ਸਮੂਹ ਦੀ ਗੱਲ ਕਰ ਰਿਹਾ ਇਕੱਠ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਹੈ ਜੀ ਟਿੱਪੀ ਬਿਹਾਰੀ ਨਾਲ ਲੱਗਦੀ ਹੈ ਲਾ ਨਾਲ ਲੱਗਦੀ ਹੈ ਜਾਂ ਕੰਨੇ ਨਾਲ ਲੱਗਦੀ ਹੈ ਜਾਂ ਔਂਕੜ ਨਾਲ ਲੱਗਦੀ ਹੈ ਬਹੁਤ ਇੰਪੋਰਟੈਂਟ ਕੁਸ਼ਨ ਹੈ ਇਹ ਆ ਜਾਏਗਾ ਜੀ ਜਿਹੜੀ ਟਿੱਪੀ ਹੈ ਉਹ ਔਂਕੜ ਨਾਲ ਲੱਗਦੀ ਹੈ ਨੈਕਸਟ ਕੁਐਸਚਨ ਹੈ ਅੱਖ ਮਾਰਨੀ ਦਾ ਅਰਥ ਕੀ ਹੈ ਅਕਲ ਮਾਰੀ ਜਾਣੀ ਇਸ਼ਾਰਾ ਕਰਨਾ ਬਦਨiyet ਹੋਣਾ ਪਿਆਰ ਪੈ ਜਾਣਾ ਤੋਂ ਇਜ਼ਾ ਆਨਸਰ ਹੈ ਜੀ ਆਨਸਰ ਬੀ ਹੈ ਅੱਖ ਮਾਰਨੀ ਦਾ ਅਰਥ ਹੈ ਇਸ਼ਾਰਾ ਕਰਨਾ ਨੈਕਸਟ ਕੁਐਸਚਨ ਹੈ ਮੁਹਾਵਰੇ ਵਿੱਚ ਪਰਿਵਰਤਿਤ ਹੁੰਦਾ ਹੈ ਲਿੰਗ ਵਚਨ ਲਿੰਗ ਵਚਨ ਪੁਰਖ ਕਾਲ ਕਿਰਿਆ ਦੀ ਧਾਤੂ ਭਾਵਰਥ ਕੋਈ ਵੀ ਠੀਕ ਨਹੀਂ ਹੈ ਮੁਹਾਵਰੇ ਵਿੱਚ ਪਰਿਵਰਤਿਤ ਹੁੰਦਾ ਹੈ ਕੀ ਪਰਿਵਰਤਿਤ ਹੁੰਦਾ ਹੈ ਕਿਰਿਆ ਦੀ ਧਾਤੂ ਕਿਰਿਆ ਦੀ ਧਾਤੂ ਜਿਹੜੀ ਹੈ ਮੁਹਾਵਰੇ ਦੇ ਵਿੱਚ ਪਰਿਵਰਤਿਤ ਹੁੰਦਾ ਹੈ ਨੈਕਸਟ ਕੁਸ਼ਚਨ ਹੈ ਖੁਸ਼ੀ ਨੌਂ ਦੀ ਕਿਹੜੀ ਉਦਾਹਰਣ ਹੈ ਜਾਤੀਵਾਚਕ ਨਾਮ ਭਾਵਵਾਚਕ ਨਾਮ ਜਾ ਵਸਤੂਵਾਚਕ ਜਾਂ ਨਿਜਵਾਚਕ ਤਾਂ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਬੀ ਹੈ ਭਾਵਵਾਚਕ ਨਾਉ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ ਹੈ 98 ਵਿਸਮਿਕ ਵਾਕ ਦੇ ਅੱਗੇ ਆਉਂਦੇ ਹਨ ਜਾਂ ਵਾਕ ਦੇ ਪਿੱਛੇ ਆਉਂਦੇ ਹਨ ਜਾਂ ਵਾਕ ਦੇ ਵਿੱਚ ਆਉਂਦੇ ਹਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਵਿਸਮਿਕ ਹੀ ਹੈ ਜਦੋਂ ਸਾਡਾ ਵਾਕ ਖਤਮ ਹੁੰਦਾ ਹੈ ਤੇ ਵਾਕ ਦੇ ਪਿੱਛੇ ਲਗਾਣੇ ਕੋਈ ਹੈਰਾਨੀਵਾਚਕ ਜਿਹੜੇ ਚਿੰਨ ਹੁੰਦੇ ਆ ਵਾਕ ਦੇ ਪਿੱਛੇ ਲੱਗਦੇ ਆ ਇਸ ਦਾ ਆਪਸ਼ਨ ਹੈ ਆਪਸ਼ਨ ਜੀ ਵੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜਿਹੜੇ ਸ਼ਬਦ ਸਰਵਨਾਮ ਵੀ ਹੋਣ ਅਤੇ ਜੋਜਕ ਵਾਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਠੀਕ ਹੈ ਜੀ ਰਿਪੀਟ ਕਰਦੇ ਆ ਜਿਹੜਾ ਸ਼ਬਦ ਸਰਵਨਾਮ ਵੀ ਹੋਣ ਅਤੇ ਜੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵਿਕਰਣ ਉਹ ਕੀ ਹੁੰਦਾ ਹੈ ਸੰਬੰਧਵਾਚਕ ਸਰਵਨਾਮ ਨਿਜਵਾਚਕ ਸਰਵਨਾਮ ਪੁਰਖਵਾਚਕ ਸਰਵਨਾਮ ਜਾਂ ਪ੍ਰਸ਼ਨਵਾਚਕ ਸਰਵਨਾਮ ਤੇ ਇਸ ਦਾ অপਸ਼ਨ ਏ ਹੈ ਜੀ ਸੰਬੰਧਵਾਚਕ ਸਰਵਨਾਮ ਲਾਸਟ ਕੁਐਸਚਨ ਹੈ ਇਸ ਵੀਡੀਓ ਦਾ ਪਰਿਮਾਨਵਾਚਕ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਜੀ ਪਰੀ ਮਾਨਵਾਚਕ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ 2 ਪ੍ਰਕਾਰ ਦੇ 3 ਪ੍ਰਕਾਰ ਦੇ 4 ਪ੍ਰਕਾਰ ਦੇ ਤੇ 5 ਪ੍ਰਕਾਰ ਦੇ ਇਸ ਦਾ ਆਨਸਰ ਹੈ ਜੀ A 2 ਪ੍ਰਕਾਰ ਦੇ ਫਰੈਂਡਸ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੈ ਹਿੰਦ